ਇਹ ਜਿਹੜਾ ਇਮਰਾਨ ਖਾਨ ਤੇ ਚੀਫ ਜਸਟਿਸ ਹੈ ਇਹਨੇ ਇਹ ਡੈਮ ਬਣਾ ਰਹੇ ਨੇ ਪਾਣੀ ਵਾਲਾ ਤੇ ਆਵਾਮ ਕੋਲੋਂ ਇਹਨਾਂ ਚੰਦੇ ਦੀ ਅਪੀਲ ਕੀਤੀ ਹੈ ਅੱਛਾ ਕੰਮ ਹੈ ਬਹੁਤ ਚੰਗਾ ਹੈ ਬਹੁਤ ਚੰਗਾ ਬਣਨਾ ਚਾਹੀਦਾ ਇਨਸ਼ਾਅੱਲਾ ਤੇ ਤੁਹਾਨੂੰ ਕੀ ਲੱਗਦਾ ਹੈ ਪੈਸੇ ਚਾਹੀਦੇ ਨੇ 1400 ਅਰਬ ਅੱਲਾ ਦੇ ਦੇਣਾ ਇੱਕ ਮਿੰਟ 'ਚ ਆਵਾਮ ਦੇਗੀ ਪੈਸੇ ਦੇਗੀ ਇਨਸ਼ਾਅੱਲਾ ਤੁਸੀਂ ਵੀ ਦਿਓਗੇ ਅੱਲਾ ਵੀ ਦੇ ਅੱਛਾ ਕੋਲ ਰੱਖੋ ਇਹ ਤੁਸੀਂ ਆਪਣੇ ਮੋਬਾਈਲ ਤੋਂ ਕਰਨਾ ਜਿਹੜੇ ਵਾਮ ਹੈ ਨਾ ਹੋਰ ਮੁਖਾਲਫੀ ਨੇ ਜਿਹੜੇ ਮਾਰਨ ਦੀ ਕੁੜੀ ਉਹ ਆਉਂਦੇ ਨੇ ਕਿ ਨਹੀਂ ਬਣਾ ਸਕਦਾ ਇਹ ਵਾਮ ਨੂੰ ਚੰਦੇ ਤੇ ਲਾ ਰਿਹਾ ਮੈਂ ਝੂਠ ਬੋਲਦੇ ਨੇ ਪਰ ਆਉਂਦੇ ਨੇ ਅੱਛਾ ਇਹਨਾਂ ਮੁਲਕ ਤਬਾਹ ਕਰਤੇ ਇਹਨਾਂ ਦੀ ਧੀ ਅੱਛਾ ਇਹ ਕਹਿੰਦੇ ਨੇ ਕਿ ਨਹੀਂ ਬਣਾ ਸਕਦਾ ਇਹਨੇ ਕੀ ਬਣਾਉਣਾ ਹੈ ਇਹ ਬਣਾਏਗਾ ਇਨਸ਼ਾਅੱਲਾ ਅੱਲਾ ਪਾਕ ਦੇ ਸਦਕੇ ਸਹੀ ਬਣੇਗਾ ਬਣੇਗਾ ਇਨਸ਼ਾਅੱਲਾ ਸੱਚਾ ਜੀ ਤੁਹਾਨੂੰ ਪਤਾ ਪਾਕਿਸਤਾਨ 'ਚ ਡੈਮ ਬਣ ਰਿਹਾ ਜੀ ਜੀ ਚੀਫ ਜਸਟਿਸ ਇਮਰਾਨ ਖਾਨ ਨੇ ਅਪੀਲ ਕੀਤੀ ਆਵਾਮ ਕੋਲੋਂ ਚੰਦੇ ਦੀ ਜੀ ਦਿਓ ਚੰਦਾ ਤੁਹਾਨੂੰ ਲੱਗਦਾ ਕਿ ਚੰਦੇ ਨਾਲ ਡੈਮ ਬਣ ਜਾਏਗਾ ਬਿਲਕੁਲ ਇਨਸ਼ਾਅੱਲਾ ਪਹਿਲੀ ਦਫਾ ਜ਼ਿੰਦਗੀ 'ਚ ਹੋਇਆ ਆਵਾਮ ਦਿੰਦੀ ਪਈ ਹੈ ਦਿਲ ਖੋਲ ਕੇ ਦੇ ਰਹੀ ਦੇਗੀ ਇਨਸ਼ਾਅੱਲਾ ਬਣੇਗਾ ਡੈਮ ਬਣੇਗਾ ਜ਼ਰੂਰ ਬਣੇਗਾ 1400 ਰੁਪਏ ਚਾਹੀਦਾ ਮਿਲੇਗਾ ਅੱਛਾ ਇੱਕ ਘੰਟੇ 'ਚ ਅਰਬਾਂ ਇਕੱਠਾ ਹੋ ਗਿਆ ਤੇ 1400 ਰੁਪਏ ਕੀ ਅੱਛਾ ਮੁਖਾਲਫੀਨ ਬੜੀਆਂ ਗੱਲਾਂ ਕਰਦੇ ਨੇ ਉਹ ਕਰਨਗੇ ਉਹਨਾਂ ਨੂੰ ਪਤਾ ਦੁਬਾਰਾ ਚਾਂਸ ਨਹੀਂ ਲੱਭਣਾ ਸਾਨੂੰ ਉਹ ਕਹਿੰਦੇ ਨੇ ਆਵਾਮ ਨੂੰ ਭਿਖਾਰੀ ਬਣਾਉਂਦੇ ਚਾਹੁੰਦੇ ਨੇ ਨਾ ਨਹੀਂ ਨਹੀਂ ਆਵਾਮ ਜਾਨ ਦਿਲ ਖੋਲ ਕੇ ਚੰਦਾ ਦੇਣ ਵਾਲੀ ਦੇਗੀ ਬਿਲਕੁਲ ਪੈਸੇ ਬਹੁਤ ਚਾਹੀਏ 1400 ਰੁਪਏ ਚਾਹੀਏ ਕਿਆ ਲੱਗਦਾ ਹੈ ਇਕੱਠਾ ਹੋ ਜਾਏਗਾ ਚੰਦੇ ਸੇ ਯੇ ਸਾਰੇ ਕਾਮ ਅੱਲਾ ਕਰੀਮ ਨੇ ਕਰਨੇ ਹੈ ਜਬ ਇਰਾਦੇ ਅੱਛੇ ਹੋਣਗੇ ਨਾ ਤਾਂ ਫਿਰ ਇਨਸ਼ਾਅੱਲਾ ਉਹ ਜੋ ਕਾਮ ਹੈ ਨਾ ਸਭ ਹੋ ਜਾਏਗੇ ਠੀਕ ਹੈ ਕੀ ਹਾਲ ਹੈ ਜੇ ਸਭ ਬਾਤ ਹੈ ਨੀਤੋਂ ਕੀ ਨੀਯਤ ਅੱਛੀ ਹੋ ਗਈ ਤੇ ਉਸਮੇ ਅਭੀ ਵਕਤ ਵੀ ਤਾਂ ਕਾਫੀ ਹੈ ਨਾ 4-5 ਸਾਲ ਚਾਹੀਏ ਹਾਂ 7-8 ਸਾਲ ਹਾਂ ਜੀ ਜੀ ਇਨਸ਼ਾਅੱਲਾ ਆਸਤਾ ਆਸਤਾ ਜਬ ਬੁਨਿਆਦ ਰੱਖੀ ਜਾਏਗੀ ਤੋ ਕਾਮ ਸ਼ੁਰੂ ਹੋ ਜਾਏਗਾ ਨਾ ਜੋ ਇਹ ਮਾਮਲਾ ਹੈ ਨਾ ਇਸਮੇ ਮੁਲਕ ਔਰ ਕੌਮ ਕੀ ਬਿਹਤਰੀ ਹੈ ਠੀਕ ਹੈ ਇਹ ਕਰਨਾ ਜਬ ਆਪ ਸਟੈਪ ਲੇਂਗੇ ਤੋ ਆਗੇ ਜਾਏਂਗੇ ਨਾ ਬਿਲਕੁਲ ਜਬ ਬੱਚਾ ਸ਼ੁਰੂ ਤੋਂ ਤਾਂ ਉਹਨੇ ਨਾ ਦੌੜਨੀ ਸ਼ੁਰੂ ਕਰ ਦਿੱਤਾ ਪਹਿਲੇ ਸ਼ੁਰੂ ਬੱਚਾ ਛੋਟਾ ਹੁੰਦਾ ਹੈ ਫਿਰ ਉਸਕੋ ਉਠਾਤੇ ਹੈ ਇਹ ਕਰਦੇ ਇਸ ਤਰ੍ਹਾਂ ਇਰਾਦਾ ਕੀਆ ਇਨਸ਼ਾਅੱਲਾ ਇਨਕੇ ਬਾਅਦ ਵੀ ਲੋਕ ਇਸ ਪਰ ਜਬ ਕਾਮ ਕਰੇਂਗੇ ਤਾਂ ਅੱਲਾਹ ਤਾਲਾ ਦੀ ਜ਼ਾਤ ਮਦਦ ਫਰਮਾਏਗੀ ਪੂਰੀ ਉਮੀਦ ਹੈ ਇਨਸ਼ਾਅੱਲਾ ਇਨਸ਼ਾਅੱਲਾ ਮੇਰੇ ਖਿਆਲ ਮੇਂ ਇਹ ਬਹੁਤ ਅੱਛਾ ਉਹਨਾਂ ਨੇ ਕਹਾ ਹੈ ਹਮੇ ਇਸਮੇ ਪੂਰਾ ਪਾਰਟੀਸਪੇਟ ਕਰਨਾ ਚਾਹੀਏ ਆਪਣਾ ਹਿਸਾਬ ਉਸਮੇ ਡਾਲਨਾ ਚਾਹੀਏ ਤਾਕਿ ਪਾਣੀ ਕੀ ਜੋ ਕਿੱਲਤ ਹੈ ਵੋ ਦੂਰ ਹੋ ਜਾਏ ਬਿਲਕੁਲ ਤਾਕਿ ਹਰ ਜਿਤਨੇ ਹਮ ਲੋਕ ਸ਼ਹਿਰੀ ਹੈ ਹਮੇ ਪਾਣੀ ਕੀ ਸਹੂਲਤ ਮਿਲੇ ਬਿਲਕੁਲ ਤੋ ਹਮੇ ਬੜ ਚੜ੍ਹ ਕੇ ਉਸਮੇ ਹਿੱਸਾ ਲੈਣਾ ਚਾਹੀਏ ਤੋ ਆਪਕੋ ਲਗਤਾ ਚੰਦੇ ਸੇ ਇਤਨੇ ਪੈਸੇ ਇਕੱਠੇ ਹੋ ਜਾਏਂਗੇ 1400 ਰੁਪਏ ਚਾਹੀਏ ਨਹੀਂ ਅਗਰ ਨਹੀਂ ਵੀ ਹੋਤੇ ਤੋ ਕੋਈ ਬਾਤ ਨਹੀਂ ਹੈ ਹਮੇ ਪਤਾ ਕਿ ਹਮਨੇ ਆਪਣਾ ਹਿੱਸਾ ਉਸਮੇ ਡਾਲਾ ਹੈ ਹਮਨੇ ਹਿੱਸਾ ਡਾਲਾ ਹੈ ਤੋ ਖੁਦਾ ਵੀ ਮਦਦ ਕਰੇਗਾ ਸਹੀ ਤੋ ਹਮੇ ਭਰੋਸਾ ਖੁਦਾ ਪੇ ਰੱਖ ਕੇ ਇਹ ਉਮੀਦ ਹੋਣੀ ਚਾਹੀਏ ਕਿ ਇਹ ਹਮ ਜ਼ਰੂਰ ਕਾਮਯਾਬ ਹੋਗੇ ਨਹੀਂ ਮੁਖਾਲਫੀਨ ਬੜੀ ਬਾਤੇ ਕਰ ਰਹੇ ਹੈ ਕਿ ਨਹੀਂ ਬਣੇਗਾ ਇਹ ਆਵਾਮ ਕੋ ਚੰਦੇ ਪੇ ਲਗਾ ਰਹਾ ਹੈ ਮੁਖਾਲਫ ਤੋ ਹਰ ਬੰਦਾ ਹੋਤਾ ਹੈ ਮੁਖਾਲਫ ਜ਼ਿਆਦਾ ਹੋਤੇ ਅੱਛੇ ਕਾਨ ਕੇ ਮੁਖਾਲਫ ਬਹੁਤ ਲੋਗ ਹੋਤੇ ਹੈ ਬਿਲਕੁਲ ਤੋ ਹਮੇ ਹਿੰਮਤ ਨਹੀਂ ਹਾਰਨੀ ਚਾਹੀਏ ਪੂਰ ਉਮੀਦ ਹੈ ਆਪਕੇ ਬਣੇ ਮੈਂ ਹਮ ਪੂਰ ਉਮੀਦ ਹੈ ਅੱਛਾ ਨਹੀਂ ਹੈ ਅੱਛਾ ਨਹੀਂ ਹੈ ਕਿਉਂ ਇਸ ਵੇਲੇ ਕਰਕੇ ਬੱਚੇ ਨੇ ਜੂ ਹੋਏ ਆ ਅਸੀਂ ਅੱਜ ਤੱਕ ਵੇਖਿਆ ਨਹੀਂ ਕਿਸੇ ਨੂੰ ਡੈਮ ਦੇ ਪੈਸੇ ਇਕੱਠੇ ਕਰਕੇ ਤੇ ਡੈਮ ਬਣਾਉਣਾ ਇਹ ਘੁੰਮਣ ਦਾ ਕੰਮ ਹੈ ਆਪਣਾ ਬਾਅਦ ਦੀਆਂ ਬਾਦਸ਼ਾਹੀਆਂ ਨਾਲ ਆਪਣੇ ਨਾਲ ਰਲ ਕੇ ਕੰਮ ਕਰਕੇ ਤੇ ਕੰਮ ਕਰਨ ਸਹੀ ਇਹ ਕੋਈ ਜ਼ਰੂਰੀ ਨਹੀਂ ਤੇ ਬੱਚੇ ਕੋਲ ਪੈਸੇ ਮੰਗਣ ਇਹ ਕੋਈ ਤਰੀਕਾ ਨਹੀਂ ਹੈ ਗਲਤ ਤਰੀਕਾ ਹੈ ਇਹ ਸਹੀ ਨਹੀਂ ਹੈ ਨਹੀਂ ਸਹੀ ਬੱਚੇ ਕੋਲ ਮੰਗਣਾ ਤਰਬਾ ਕਰਨਾ ਮਿਹਨਤ ਕਰਨੀ ਫਾਇਦਾ ਕੋਈ ਨਹੀਂ ਹੁੰਦਾ ਅਤੇ ਪਹਿਲਾ ਬੰਦਾ ਵੇਖਿਆ ਜਿਹੜਾ ਇਹ ਗੱਲ ਆਉਂਦਾ ਸਹੀ ਅੱਜ ਤੱਕ ਜੂਨ 50-60 ਸਾਲ ਇੱਕ ਪਿੱਛੇ ਜੀ ਇਸ ਤਰ੍ਹਾਂ ਹੋਇਆ ਸੀ ਬਿਜਲੀ ਦਾ ਬਿੱਲ ਜੀ ਕਰੋ ਇੱਕ ਰੁਪਇਆ ਦਿਓ ਇੱਕ ਰੁਪਇਆ ਵਧਾਓ ਜੀ ਮੁਸ਼ਰਫ ਦੇ ਟਾਈਮ 'ਤੇ ਇੱਕ ਰੁਪਇਆ ਵਧਾਓ ਅਤੇ ਆਵਾਮ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਆਵਾਮ ਨਹੀਂ ਫਰਕ ਪੈਂਦਾ ਤਾਂ ਘੁੰਮਣ ਨੂੰ ਫਰਕ ਪੈ ਜਾਂਦਾ ਸੋਨੇ ਸੰਦੇਸ਼ ਹਰ ਸ਼ੈ ਦੁਨੀਆ ਦੀ ਨਿਮਕਤਾ ਕੋਈ ਮੁਲਕ ਨੇ ਦੱਸੇ ਤੇ ਜਿਹੜੇ ਮੁਲਕ ਦਾ ਹਰ ਸ਼ੈ ਹੈ ਗੈਸ ਨਿਮਕ ਪਾਣੀ ਹਰ ਸ਼ੈ ਹੈ ਕਿਉਂ ਇਹ ਨਹੀਂ ਦਿੰਦੇ ਪਰ ਤੁਹਾਨੂੰ ਲੱਗਦਾ ਕੰਮ ਨਹੀਂ ਸਹੀ ਕਰ ਰਹੇ ਇਹ ਨਹੀਂ ਕੰਮ ਸਹੀ ਅੱਛਾ ਕੰਮ ਘੋੜਾ ਚਾਹੀਦਾ ਜੀ ਹਾਂ ਬਿਲਕੁਲ ਸਹੀ ਕੰਮ ਤੁਹਾਨੂੰ ਲੱਗਦਾ ਕਿ ਚੰਦੇ ਨਾਲ ਡੈਮ ਬਣ ਜਾਏਗਾ ਇਕੱਠਾ ਹੋ ਜਾਏਗਾ ਬਣਦੇ ਨਹੀਂ ਜਦੋਂ ਸ਼ੁਰੂ ਦੇ ਹੋ ਜਾਂਦਾ ਬਾਅਦ 'ਚ ਆਸਤਾ ਆਸਤਾ ਪਿਆ ਬਣਦਾ ਬਾਅਦ 'ਚ ਜੇ ਆਸਤਾ ਆਸਤਾ ਬਣੇਗਾ ਸਾਲ ਲੱਗ ਜਾਵੇ ਲੇਕਿਨ ਗੁੜਿਆ ਦਰੱਖਤ ਬਣ ਜਾਏਗਾ
ਮੁਖਾਲਫੀ ਬੜੀਆਂ ਗੱਲਾਂ ਕਰਦੇ ਨਹੀਂ ਬਣੇਗਾ ਸਾਰੂ ਮੁਖਾਲਫੀ ਗੱਲਾਂ ਕਰਨੀਆਂ ਕਰਨੀਆਂ ਡੈਮ ਪਾਕਿਸਤਾਨ ਦਾ ਕੋਈ ਮੇਰਾ ਜਾਂ ਤੁਹਾਡਾ ਨਹੀਂ ਉਹ ਪਾਕਿਸਤਾਨ ਦਾ ਮੁਖਾਲਫ ਇੰਡੀਆ ਗੱਲ ਕਰੇ ਤੇ ਉਹਦੇ ਮੰਨੀ ਜਾਂਦੀ ਹੈ ਲੇਕਿਨ ਆਪਣੇ ਹੀ ਕਰਦੇ ਨੇ ਆਪਣੇ ਕਰਨ ਤੇ ਫਿਰ ਉਹ ਜ਼ਿਆਦੀ ਉਹ ਜ਼ਿਆਦੀ ਹੈ ਅੱਛਾ ਕੰਮ ਹੈ ਇਹ ਤੋਂ ਪਹਿਲੇ ਹੋ ਜਾਣਾ ਚਾਹੀਦਾ ਕਾਫੀ ਲੇਟ ਕੀ ਆ ਗਿਆ ਸਹੀ ਹੈ ਕਿਉਂਕਿ ਤੋਂ ਟਾਈਮ ਕਾਫੀ ਥੋੜ੍ਹਾ ਪਾਣੀ ਖਤਮ ਹੋਣਾ ਮੈਂ ਹਾਲੀ ਏਅਰਪੋਰਟ 2025 ਤੱਕ ਸ਼ਾਇਦ ਜੀ ਬਿਲਕੁਲ 2025 ਤੱਕ ਮੈਂ 10 ਸਾਲ 15 ਸਾਲ ਵੀ ਲੱਗ ਸਕਦਾ ਸਹੀ ਹੈ ਕਿਉਂਕਿ ਇਹ ਸਿਆਸੀ ਇੱਕ ਗੇਮ ਨਹੀਂ 7-8 ਸਾਲ ਤੱਕ ਅਰਸਾ ਹੈ ਡੈਮ ਬਣਨ ਕੇ ਲਈ ਹਾਂਜੀ ਉਹ ਹੈ ਹਮਾਰੇ ਪਾਸ ਹੈ ਮਗਰ ਲੇਟ ਹੋ ਸਕਦਾ ਹੈ ਡਿਲੇ ਹੋ ਸਕਦਾ ਪਹਿਲੇ ਹੋ ਜਾਂਦੇ ਤਾਂ ਪਰ ਅੱਛਾ ਕੀ ਹੈ ਇਨਸ਼ਾਅੱਲਾ ਮੈਂ ਇਸ ਨੂੰ ਸਪੋਰਟ ਕਰਾਂਗੇ ਤੋ ਆਪਕੋ ਲੱਗਤਾ ਹੈ ਚੰਦੇ ਸੇ ਬਣ ਜਾਏਗਾ ਡੈਮ ਪੈਸੇ ਬਹੁਤ ਚਾਹੀਏ 1400 ਰੁਪਏ ਚਾਹੀਏ ਇਹ ਹੈ ਕਿ ਪਾਕਿਸਤਾਨੀ ਕੌਮ ਦਾ ਦਿਲ ਬਹੁਤ ਬੜਾ ਹੈ ਜਬ ਵੀ ਕਦੇ ਜ਼ਲਜ਼ਲਾ ਆਇਆ ਜੋ ਵੀ ਹੋਇਆ ਬਹੁਤ ਦਿਲ ਖੋਲ ਕੇ ਤਿਆਰ ਦਿਆ 1400 ਰੁਪਏ ਕੋਈ ਚੀਜ਼ ਨਹੀਂ ਹੈ ਬੰਦਾ ਦਿਲ ਖੋਲ ਕੇ ਕਰੇਗਾ ਇਨਸ਼ਾਅੱਲਾ ਕੰਪਲੀਟ ਹੋ ਜਾਏਗਾ ਇਨਸ਼ਾਅੱਲਾ ਤਾਲਾ ਉਸਕੇ ਪਾਸ ਖੁਦ ਇਤਨਾ ਪੈਸਾ ਹੈ ਉਹ ਲਗਾਉਣਾ ਚਾਹੇ ਤਾਂ ਖੁਦ ਵੀ ਲਗਾ ਸਕਤਾ ਇਮਰਾਨ ਖਾਨ ਸਹੀ ਹੈ ਔਰ ਮੇਰੀ ਦੁਆਏ ਹੈ ਇਨਸ਼ਾਅੱਲਾ ਤਾਲਾ ਪਾਕਿਸਤਾਨ ਕੇ ਸਾਥ ਮੁਲਕ ਕੇ ਸਾਥ ਔਰ ਆਪ ਭਾਈਓ ਕੀ ਸਪੋਰਟ ਚਾਹੀਏ ਇਮਰਾਨ ਖਾਨ ਕੋ ਹਮਾਰੀ ਸਭ ਕੀ ਸਪੋਰਟ ਚਾਹੀਏ ਉਹ ਅਕੇਲਾ ਬੰਦਾ ਕੁਛ ਵੀ ਨਹੀਂ ਕਰ ਸਕਤਾ ਸਹੀ ਹੈ ਅਗਰ ਹਮ ਉਸਕਾ ਸਾਥ ਦੇਂਗੇ ਹਮਨੇ 35 ਸਾਲ ਦੂਸਰੇ ਲੋਕੋਂ ਕੋ ਵੀ ਜ਼ਮਾਇਆ ਹੈ ਹਮ ਇੱਕ ਮਹੀਨੇ ਮੇਂ ਇਸਕੋ ਜ਼ਮਾ ਦੇ ਕੇ ਬੁਰਾ ਕਹਿਣਾ ਲੱਗ ਪੜੇ ਤੋ ਵੋ ਗਲਤ ਬਾਤ ਹੈ ਔਰ ਇਨਸ਼ਾਅੱਲਾ ਤਾਲਾ ਯੇ ਬੰਦਾ ਮੁਲਕ ਕੇ ਲੀਏ ਕਾਮਯਾਬੀ ਲੈ ਕੇ ਆਏਗਾ ਹਮਾਰੇ ਬੱਚੋਂ ਕੇ ਲੀਏ ਹਮਾਰੇ ਮਾਂ ਬਾਪ ਕੇ ਲੀਏ ਔਰ ਬਹੁਤ ਅੱਛਾ ਕਰੇਗਾ ਤੋ ਯੇ ਮੁਖਾਲਫੀਨ ਬਾਤੇ ਕਰ ਰਹੇ ਹੈ ਯੇ ਆਵਾਮ ਕੋ ਬਿਕਾਰੀ ਬਣਾ ਰਹਾ ਹੈ ਚੰਦੇ ਪੇ ਲਗਾ ਰਹਾ ਹੈ ਇਹ ਮੁਖਾਲਫੀਨ ਜੋ ਹਮੇਸ਼ਾ ਹੁੰਦਾ ਹੈ ਉਸਨੇ ਤੋ ਬਾਤੇ ਕਰਨੀ ਹੈ ਸਹੀ ਹੈ ਇੱਕ ਮੇਰਾ ਦੁਸ਼ਮਣ ਹੈ ਉਸਨੇ ਤੋ ਮੁਝੇ ਮਾਰਨੇ ਕੇ ਪੜਨਾ ਹੈ ਉਸਨੇ ਯੇ ਤੋ ਨਹੀਂ ਕਰਨਾ ਕਿ ਆਪਕੋ ਗੱਲੇ ਲਗਾ ਕੇ ਜੱਫੀ ਲਗਾਨੀ ਹੈ ਮਾਲਵੀਨ ਤੋਂ ਹਮੇਸ਼ਾ ਮਾਲਵੀਨ ਹੁੰਦਾ ਹੈ ਤੋ ਪੂਰੀ ਉਮੀਦ ਹੈ ਕਿ ਬਣੇਗਾ ਇਨਸ਼ਾਅੱਲਾ ਤਾਲਾ ਇਮਰਾਨ ਖਾਨ ਜ਼ਿੰਦਾਬਾਦ ਜਿੱਦੋਂ ਅੱਗੇ ਕਰਦਾ ਲਾਣਾ ਸੀ ਅਸੀਂ ਕਿਸ਼ਤਾਂ ਲੈਣੇ ਪਏ ਉਹਨਾਂ ਕੋਲ ਅਸਾਂ ਲੈਣਾ ਸਾਂ ਹੋਰ ਕਿੱਥੇ ਲੈਣਾ ਦੇਖੋ ਮੈਂ ਨਹੀਂ ਸੱਚੀ ਗੱਲ ਕਿ ਅਗਰ ਆਪਣੀ ਆਮ ਤੋਂ ਲੈ ਕੇ ਆਮ ਤਾਂ ਕਿੱਥੋਂ ਆਮ ਨਾਲ ਤਾਂ ਯਕੀਨ ਹੀ ਨਹੀਂ ਕਿਸੇ ਦੇ ਵੀ ਨਹੀਂ ਆਮ ਦੇ ਰਹੀ ਨਹੀਂ ਦੇ ਰਹੀ ਇੱਕ ਹਫ਼ਤੇ ਚ ਇਹਨਾਂ ਨੂੰ 100 ਰੁਪਏ ਇਕੱਠਾ ਕਰਨੇ ਜੇ ਜਿੱਥੇ 3000 ਰੁਪਏ ਇਕੱਠਾ ਹੋਇਆ 4000 ਕੀ 4000 ਰੁਪਏ ਕੀ ਇਕੱਠਾ ਕੀਤਾ ਨਹੀਂ ਅਸਤਾ ਅਸਤਾ ਹੁੰਦੇ ਕਿ ਨਾ ਨਹੀਂ ਜਿੰਨਾ ਦੇਣਾ ਸੀ ਨਾ ਦੇ ਦਿੱਤਾ ਹੈ ਅੱਛਾ ਅਗਰ ਇਕੱਠਾ ਹੋਣਾ ਹੁੰਦਾ ਤਾਂ ਹੁੰਦਾ 100 ਰੁਪਏ ਜ਼ਿਆਦਾ ਇਕੱਠਾ ਹੋ ਜਾਣਾ ਚਾਹੀਦਾ ਸੀ ਇੱਕ ਹਫ਼ਤੇ ਦੇ ਵਿੱਚ ਆਮ ਨੂੰ ਕਿਸੇ ਦੇ ਇਤਮਾਦ ਨਹੀਂ ਹੈ ਅਤੇ ਨਹੀਂ ਇਹਦਾ ਹੱਲ ਕੀ ਫਿਰ ਉਹਨਾਂ ਬਣਾਏ ਪਾਣੀ ਕਿਵੇਂ ਜ਼ਰੂਰੀ ਹੈ ਅੱਗੇ ਜੇ ਅਸੀਂ ਕਰਦੇ ਦੱਬੇ ਹਾਂ ਜੇ ਹੋਰ ਵੀ ਦੱਬ ਜਾਵਾਂਗੇ ਫਿਰ ਪਹਿਲੇ ਪਾਣੀ ਜ਼ਰੂਰੀ ਤਾਂ ਕਰਨਾ ਲੈ ਕੇ ਬਣਾ ਰਹੇ ਹੋਰ ਲੈਣਾ ਚਾਹੀਦਾ ਘਟਾਉਣਾ ਨਹੀਂ ਚਾਹੀਦਾ ਘਟਣਾ ਕਿੱਥੋਂ ਮੈਂ ਪਹਿਲਾਂ ਮੈਨੂੰ ਇਹਦਾ ਗੱਲ ਦੱਸੋ ਪਹਿਲਾਂ ਤਾਂ ਇਹ ਹਿਸਾਬ ਲਾਉਂਦਾ ਜੇ 4000 ਰੁਪਏ ਇੱਕ ਹਫ਼ਤੇ 'ਚ ਹੋਇਆ ਹੈ 1400 ਰੁਪਏ ਕਿੰਨੇ ਹਫ਼ਤਿਆਂ 'ਚ ਜਾਂ ਕਿੰਨੇ ਮਹੀਨੇ ਜਾਂ ਕਿੰਨੇ ਸਾਲਾਂ 'ਚ ਕਰੇਗਾ 7-8 ਸਾਲ ਚੀਫ ਜਸਟਿਸ ਮਹੀਨੇ ਨੇ ਸਾਰੇ ਪਹਿਲਾਂ ਤਾਂ ਇਸ ਗੱਲ ਦੀ ਤਕਰੀਰ ਸੀ ਉਹਦਾ ਤੋਂ ਬਾਅਦ ਕਿੰਨੇ ਨੂੰ ਸਾਹਮਣੇ ਇਮਰਾਨ ਖਾਨ ਕੋਈ ਨਹੀਂ ਬਹੁਤਾ ਇਕੱਠਾ ਹੋ ਜਾਏਗਾ ਇਨਸ਼ਾਅੱਲਾ ਸਾਰੇ ਡੈਮ ਬਣਨਗੇ ਸਹੀ ਹੈ ਇਨਸ਼ਾਅੱਲਾ ਪੂਰੇ ਉਮੀਦ ਹੋ ਇਨਸ਼ਾਅੱਲਾ ਬੜੇ ਪੂਰੇ ਮੁਖਾਲਫੀਨ ਬੜੀਆਂ ਗੱਲਾਂ ਕਰਦੇ ਨਹੀਂ ਬਣੇਗਾ ਆਵਾਮ ਨੂੰ ਭਿਖਾਰੀ ਬਣਾਉਂਦਾ ਪਿਆ ਚੰਦਿਆਂ ਦੇ ਲਾਣ ਡਿਆ ਇਹ ਮੁਖਾਲਫਾਂ ਨੂੰ ਪਤਾ ਨਹੀਂ ਨਾ ਜਨਾਬ ਕਿ ਅੱਲਾ ਦੇ ਨਬੀ ਨੇ ਵੀ ਪਾਣੀ ਹਜ਼ਰਤ ਉਮਰ ਨੇ ਵੀ ਪਾਣੀ ਵਾਸਤੇ ਜਿਹੜਾ ਨਾ ਡੈਮ ਬਣਾਏ ਸੀ ਅਤੇ ਉਹਨਾਂ ਨੇ ਵੀ ਪਾਣੀ ਵਾਸਤੇ ਅਪੀਲ ਕੀਤੀ ਸੀ ਆਵਾਮ ਨੇ ਚੰਦੇ ਦਿੱਤੇ ਸਨ ਅਤੇ ਖੂਹ ਜਿਹੜਾ ਨਾ ਉਹਨਾਂ ਨੇ ਖਰੀਦ ਕੇ ਵਕਫ ਕੀਤੇ ਸਨ ਅਤੇ ਉਹਨਾਂ ਦੇ ਉਸ ਵੇ ਹੱਸਣਾ ਤਾਂ ਚੱਲਣਾ ਚਾਹੀਦਾ ਸਭ ਨੂੰ ਡੈਮ 'ਚ ਚੰਦਾ ਭਰਪੂਰ ਦੇਣਾ ਚਾਹੀਦਾ ਅਤੇ ਅੱਲਾ ਪਾਕ ਸਭ ਨੂੰ ਤੋਫੀਕ ਦੇਵੇ ਤੁਹਾਨੂੰ ਵੀ ਸਾਨੂੰ ਵੀ ਕਿ ਅਸੀਂ ਚੰਦਾ ਦੇ ਸਕੀਏ ਮੈਂ ਨਹੀਂ ਕਰਨਾ ਚਾਹੀਦਾ ਵੀ ਮੋਟੇ ਮੋਟੇ ਬੰਦੇ ਫੜਨੇ ਚਾਹੀਦੇ ਹਨ ਉਹਨਾਂ ਨੂੰ ਮੋਟੇ ਮੋਟੇ ਬੰਦੇ ਫੜਨੇ ਚਾਹੀਦੇ ਹਨ ਆਵਾਮ ਨੂੰ ਅੱਗੇ ਆਵਾਮ ਤਾਂ ਪਰੇਸ਼ਾਨ ਹੈ ਗਈ ਸਹੀ ਹੈ ਤੋ ਕਿੱਥੋਂ ਦੇਵੇ ਇਹਨਾਂ ਨੂੰ ਕੀ ਹਾਲ ਤੁਹਾਡਾ ਇਹਨਾਂ ਨੂੰ ਤਾਂ ਉਹ ਮੋਟੇ ਮੋਟੇ ਬੰਦਿਆਂ ਨੂੰ ਫੜਨਾ ਚਾਹੀਦੇ ਉਹਨਾਂ ਕੋਲ ਕਰਵਾਉਂਦੇ ਸਾਰੇ ਕੰਮ ਜਿਨ੍ਹਾਂ ਨੇ ਮੋਟੇ ਮੋਟੇ ਮੱਝਾਂ ਗਾਵਾਂ ਨੇ ਖਾਧਾ ਉਹਨਾਂ ਕੋਲ ਲੈਂਦੇ ਹੁਣ ਮਾੜਾ ਆਦਮੀ ਇੱਕ ਕਿਵੇਂ ਦੇ ਸਕਦਾ ਹਾਲਾਤ ਦੁਨੀਆ ਦੇ ਐਸੇ ਹੀ ਨੇ ਲੇਕਿਨ ਉਹਨੇ ਇਹ ਨਹੀਂ ਨਾ ਕਿਹਾ ਕਿ ਤੁਸੀਂ ਇੰਨੇ ਦੇਵੋ ਇਹਨੇ ਜਿੰਨਾ ਕੋਈ ਦੇ ਸਕਦਾ ਆਵਾਮ ਪੂਰੀ ਆਵਾਮ ਕੋਲੋਂ ਪਾਕਿਸਤਾਨ ਦੀ ਆਵਾਮ ਕੋਲੋਂ ਦੀਦੀ ਕੋਈ 10 ਦੇਵੇ ਕੋਈ 20 ਦੇਵੇ ਜਿੰਨੇ ਮਰਜ਼ੀ ਦੇਵੇ ਤਫੀਕ ਹੋਏਗੀ ਇਨਸ਼ਾਅੱਲਾ ਦੇਣਗੇ ਕੋਸ਼ਿਸ਼ ਤੇ ਕਰਨਗੇ ਨਾ ਜਿਹੜਾ ਮੁਸਲਮਾਨ ਆਦਮੀ ਹੈ ਉਹਨੂੰ ਪਤਾ ਪਾਕਿਸਤਾਨ ਸਹੀ ਹੈ ਤਾਂ ਤੁਹਾਨੂੰ ਲੱਗਦਾ ਚੰਦੇ 'ਚ ਬਣੇਗਾ ਟਾਈਮ ਬਣੇਗਾ ਬਣ ਸਕਦਾ 1400 ਰੁਪਏ ਚਾਹੀਦਾ ਮਿਲ ਜਾਏਗਾ ਅੱਲਾ ਦੇਗਾ ਮਿਲ ਜਾਏਗਾ ਇਨਸ਼ਾਅੱਲਾ ਅੱਲਾ ਤਾਲਾ ਦੇ ਮੁਖਾਲਫੀਨ ਕਹਿ ਰਹੇ ਨੇ ਨਹੀਂ ਬਣੇਗਾ ਆਵਾਮ ਨੂੰ ਬਿਕਾਰੀ ਬਣਾ ਰਿਹਾ ਨਹੀਂ 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 ਇਹ ਨਹੀਂ ਬਣਾਏਗਾ ਬੇਕਾਰੀ ਕੁਛ ਕਰੇਗਾ ਕੋਸ਼ਿਸ਼ ਲੱਗਾ ਦਾ ਵਾਮ ਨੂੰ ਠੀਕ ਕਰੇਗਾ ਕਰੇਗਾ ਉਹਦੇ ਇਹੀ ਵਿਊ ਸਨ ਉਹ ਕਿਉਂ ਆ ਰਹਾ ਜਾਂਦਾ ਸੀ ਯਾਰ ਇਹਨਾਂ ਨੇ ਪੈਸਾ ਕੋਈ ਛੋੜਾ ਹੋ ਤਾਂ ਫਿਰ ਅਬ ਉਸਨੇ ਖੁਦ ਮੇਰੇ ਸੇ ਪੈਸੇ ਤੋਂ ਨਹੀਂ ਨਾ ਨਿਕਾਲ ਲਏ ਚੀਜ਼ ਤੋਂ ਹਮਨੇ ਇਸਤੇਮਾਲ ਕਰਨੀ ਹੈ ਉਹਨਾਂ ਨੇ ਨਹੀਂ ਇਸਤੇਮਾਲ ਕਰਨੀ ਉਹ ਤਾਂ ਹਮਾਰੇ ਲਈ ਕੁਰਬਾਨੀ ਦੇ ਰਹੇ ਹੈ ਸਹੀ ਹੈ ਹਾਂ ਤੋ ਇਸਕੇ ਲਈ ਉਹ ਚੰਦਾ ਇਸਤੇਮਾਲ ਕਰ ਰਹੇ ਹੈ ਅਬ ਕੋਈ ਚੰਦ ਨੂਨ ਲਿਖ ਕੇ ਕਹਿ ਰਹੇ ਹੈ ਕਿ ਇਹ ਚੰਦਾ ਇਕੱਠਾ ਕਰ ਰਹੇ ਹੈ ਆਪਨੇ ਤੋ ਚੰਦਾ ਇਕੱਠਾ ਕਰਕੇ ਵੀ ਨਹੀਂ ਕੁਛ ਕੀਆ
تو آپ کو لگتا ہے اتنے پیسے اکٹھے ہو جائیں گے؟ ہاں ان شاء اللہ اکٹھے ہوں گے، بنے گا ان شاء اللہ، پورا امید ہے ان شاء اللہ. ہم 100 روپے سے 10 روپے تو دے رہے ہیں نا، سب سے پہلے ہم جو ہے نا وہ اس کے لیے ڈیم کے لیے دے رہے ہیں، وہ ان شاء اللہ ہم دیں گے اپنے اپنے خود کے لیے، اپنے اگلی آنے والی نسل کو بھی ان شاء اللہ جو ہے نا پروف ملے گا. نہیں سر، نہیں صحیح. کیوں؟ پوری قوم کو چندے پہ لگا دیا، ہر کام چندے سے چلنا. یہ ڈیم بھی تو ضروری ہے نا، ڈیم ضروری ہے، مجھے پتہ ضروری ہے، لیکن فنڈ جو لوگ کھا گئے ہیں، جو سیاستدانوں نے پیسے نچوڑے ہیں، جس طرح جہانگیر ترین ہے، احتساب صرف کر رہی ہے ایک بندے کا، میاں نواز شریف کا، جسے اور بندہ کوئی نظر نہیں آ رہا، زرداری نظر نہیں آ رہا، شرجیل میمن نظر نہیں آ رہا، ڈاکٹر آصف نظر نہیں آ رہا. ان لوگوں سے پیسے نکالے جو پاکستان کی لوٹے انہوں نے. وہ پیسے رہے اس سے ڈیم بناتے ہیں، پھر ہم میاں صاحب اور عمران خان صاحب ان کے ساتھ ہیں، ہم کہہ رہے ہیں کہ وہ پیسہ واپس نکلوائے. ابھی پچھلی گورنمنٹ نے 10 سال ضائع کیے ہیں آپ کے، کیے ہیں نا، تو ابھی ان کو ہم دیتے ہیں ٹائم، انہیں ٹائم دیا ہے. ہم تنقید کر رہے ہیں اس پہ، تنقید در تنقید کر رہے ہیں، لیکن مثبت تنقید کر رہے ہیں ہم. صحیح ہے، ہم ان کو کام کرنے دیں گے انشاءاللہ. ہم نہیں بول رہے، بے شک ہمارا تعلق نون لیگ سے ہے، لیکن ہم خاموش ہیں. ابھی ان کی کارکردگی دیکھیں گے، ان کو ٹائم فریم دیا ہے ہم نے، یہ پیسے نکلوائیں ان سے، ٹائم لگے گا. بے شک ابھی پینڈنگ ڈال دیں، پچھلی گورنمنٹ نے تو پینڈنگ ڈالا نا، بادشاہ ڈیم شروع کیا ہے، پینڈنگ کر دیا میاں صاحب نے، ٹھیک ہے نا. کیوں پینڈنگ کیا تھا؟ فنڈس کی وجہ سے، فنڈ نہیں ان کے پاس. تو 100 ارب کی انہوں نے جگہ لے لی تھی، جی مزید 14 ارب چاہیے، 1400 ارب چاہیے ڈیم بننے کے لیے، لیکن مزید پیسے تب نہیں تھے، اس لیے انہوں نے کام نہیں کیا. ہاں جی، تو اسی گورنمنٹ کے پاس بھی پیسہ نہیں ہے، لیکن وہ 100 ارب بھی تو قرضے کے لیے آیا تھا نا، قرضے سے آیا تھا وہ 100 ارب بھی. اچھا، وہ آپ کی بات ٹھیک ہے، قرضے کے لیے آیا تھا. اب یہ پیسے جو اکٹھے کر رہے ہیں، بجائے کہ اتنے پیسے یہ بادشاہ ڈیم کو اسٹارٹ کر لے ہیں، اس کو چھوڑ دیں، ابھی کالا باغ ڈیم کو پیچھے رکھ دیں. تو بادشاہ ڈیم کو ہی اسٹارٹ کر رہے ہیں نا یہ، لیکن اس طرح نہیں، جس طرح یہ مانگ رہے ہیں اس طرح کوئی ان کو نہیں پیسے دے گا، نہیں دے گا. لیکن ایک ہفتے میں 4 ارب اکٹھا ہو گیا. وہ وہی بندے ہیں جو اب میڈیا، آپ آن دی کیمرہ میں بول رہا ہوں، اس طرح کی بات میں نہیں کر سکتا. یہ وہ لوگ ہی ہیں جو میاں صاحب کو پیچھے دھکیلنا چاہتے ہیں، وہی لوگ فنڈنگ کر رہے ہیں. تو مطلب آپ کہہ رہے ہیں کہ یہ چندہ نہیں لینا چاہیے عوام سے؟ بالکل نہیں لینا چاہیے. لیکن جب وزیر اعظم بنا تھا نواز شریف، سن لیں جی جی، تب بھی اس نے چندے کی اپیل کی تھی عوام سے، قرض اتارو ملک سنوارو. جی جی، تب چندہ ٹھیک تھا؟ میں نے کب کہا ٹھیک ہے؟ نہیں، تب اگر آپ نے، میں کب کہہ رہا ہوں ٹھیک ہے؟ اس نے بھی کھا تھا، یہ بھی کام وہی ہونا ہے. صحیح ہے، جس طرح احتساب کے نام سے ایک بندے کا احتساب، اور اس طرح یہ فنڈ کے نام سے پیسہ اکٹھا کرنا، یہ بھی فارغ، جس طرح میاں صاحب نے فارغ کیا قرض اتارو ملک سنوارو، یہ فنڈ کا ڈیم کے پیسے بھی نہیں بنے گا، بالکل نہیں بنے گا. جب کہ بیوی راضی ہو جائے نا، تو آدمی خرچہ کرتا ہے. بالکل، جی بیوی روسی ہوئی ہوئے نا، تو بیوی بہندی ہے موٹر سائیکل دی پچھلی سیٹ تے، جا گٹا مارا تین پرے نو ہٹ. ہے جی، جی اگر اسی پاکستانی ہون دا ثبوت دے بھی تو 30-40-50 روپیے یہ کیڑی گل ہے؟ ہاں جی، کچھ بھی یہ تو کچرے چنے والا بھی دے سکتے ہیں، انہوں کو ٹچ موبائل انہیں بھی رکھے ہوئے. ساڈے حضور پاک صلی اللہ علیہ وآلہ وسلم دی یہ سنت ہے کہ اسی اپنا آپ کمائیے جدو جہد ہے سارے پاکستان واسطے، اسی اپنا آپ کردار اچھا کریے تو عمران خان صاحب نو کامیاب کریے. تو تھی تو 5-7 سال کہہ رہے ہو نا، ایک دن کا 4-4.5 ارب اکٹھا ہوتا ہے، اگر 10-20 روپے نال بھی ایسا گل ہے نا سر. تو اگر یہ جڑے وڈے لوگ بیٹھے نے، اگر 1-1000 روپیہ دیں تو میں گرنٹی نال کہنا کہ 4 سال دے ڈیم کا پیسہ بنتا ہے. خدا یہ اچھا کام ہے، اس سے بہتر یہ ہے کہ جو یہ اس کے علاوہ بھی پاکستان کے اندر جو پروجیکٹ آپ نے لگانے ہیں، اس کو عوام کے اندر اپنا لے کر آئیں. کہ میں عمران صاحب خان صاحب سے اپیل کرتا ہوں، اپنا چیف جسٹس صاحب سے اپیل کرتا ہوں کہ یہ جو چیزیں ہیں نا، کوئی بھی ہم دوسرے ملکوں سے جو قرضہ مانگتے ہیں، تو ظاہر ہے کہ ہمارے پاکستان کے اندر بڑے بڑے انویسٹر ہیں پوری دنیا کے اندر پہلے، وہ خود اپنا ان سے آپ شیئرنگ کروائیں، ان کا اپنا انویسٹ ان کا کرائیں، ان کو آپ پراپر دیں. ہم جو دوسرے لوگوں کو سوٹ دیتے ہیں اتنے اتنا کرتے ہیں، وہ وہاں آپ اپنے پاکستان کے اندر باندھیں. صحیح ہے، ایک ڈیم کیا 10 ڈیم بن جاتے ہیں. صحیح ہے، تو اب اس بارے میں پوری امید ہے کہ یہ ڈیم بنے گا. الحمدللہ یہ خان صاحب اس کو پورا کمپلیٹ کریں گے، ہمیں پورا اعتماد ہے خان صاحب کے اوپر. اسی انشاءاللہ حصہ پاواں گے، بلکہ اپنی ذات لئی نہیں، غریباں دی ذات لئی، بالکل، اور بچیاں لئی،
ਤਾਂਕਿ ਬੱਚਿਆਂ ਦਾ ਮੁਸਤਕਬਿਲ ਆਉਣ ਵਾਲਾ ਸਹੀ ਬਣੇ, ਤਾਂ ਕਿ ਸਾਡਾ ਤਾਂ ਕੋਈ ਪਤਾ ਨਹੀਂ। ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਅਗਰ ਕੋਈ ਇੱਕ ਕਦਮ ਚੱਲੇ ਆਵੇ ਤੁਸੀਂ ਦੋ ਕਦਮ ਚੱਲੋ। ਅਸੀਂ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਸੈਨ ਪਾਕ ਦੇ ਨਵਾਸੇ ਦੇ ਸਦਕੇ ਜ਼ਰੂਰ ਹਿੱਸਾ ਪਾਵਾਂਗੇ। ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਔਰ ਉਹ ਵੀ ਪਾਣੀ ਵਾਸਤੇ, ਸਾਡੇ ਵਾਸਤੇ, ਅਸੀਂ ਵੀ ਜਾਨਾਂ ਕੁਰਬਾਨ ਕਰਾਵਾਂਗੇ ਉਹਨਾਂ ਵਾਸਤੇ। ਅਗਰ ਮੁਲਕ ਲਈ ਬਿਹਤਰੀ ਹੋ ਤਾਂ ਠੀਕ ਹੈ, ਅਗਰ ਠੀਕ ਹੈ, ਅਗਰ ਬਿਜਲੀ ਕਾ ਬਹਾਨ ਹੈ, ਸਭ ਕੁਛ ਹੈ, ਅਗਰ ਪਾਣੀ ਸਟੋਰੇਜ ਹੋ ਸਕਦਾ ਤਾਂ ਕਰਨਾ ਜੀ। ਬਲਕਿ ਲੇਕਿਨ ਇਹ ਇਨਕੇ ਤਾਂ ਇਸ਼ੂਜ਼ ਹੈ ਜੀ, ਉਹ ਕਾਲਾਬਾਗ ਡੈਮ ਇੱਕ ਸੂਬਾ ਦੂਸਰੇ ਦਿਨ ਤੋਂ ਪਹਿਲਾਂ ਮੇਨ ਪੇ ਕਿਉਂ ਨਹੀਂ ਕਰਤੇ ਜੀ ਕੰਮ? ਤੋ ਆਪਕੋ ਲਗਤਾ ਹੈ ਕਿ ਚੰਦੇ ਸੇ ਡੈਮ ਬਨੇਗਾ? ਠੀਕ ਹੈ, ਬਸ ਅਗਲੀ ਹਕੂਮਤ ਆ ਜਾਏ ਤਾਂ ਫਿਰ ਹੀ ਹੈ ਨਾ ਚਾਂਸ। ਤੋ ਬਨੇਗਾ ਕਿ ਨਹੀਂ ਬਨੇਗਾ? ਨਹੀਂ, ਅਗਰ ਆ ਗਈ ਤਾਂ ਉਮੀਦ ਤਾਂ ਹੈ ਕਿ ਫਿਰ ਬਣ ਜਾਏਗਾ। ਚੀਫ ਜਸਟਿਸ ਕਹਤਾ ਮੈਂ ਉਧਰ ਬੈਠੂੰਗਾ, ਤੋ ਅਗਰ ਉਸਕੇ ਬੰਦੇ ਕੀ ਉਹ ਦਿਲ ਹੈ ਔਰ ਉਸਕੀ ਵੋ ਨੇਕ ਨੀਤੀ ਹੈ ਤਾਂ ਬਣ ਸਕਤਾ ਹੈ। ਪਹਿਲੇ ਸੋਚਣਾ ਚਾਹੀਦਾ ਚੀਫ ਜਸਟਿਸ ਕੋ, ਨਾ ਹਾਂ ਆਇਆ ਤਾਂ ਵੀ ਸੋਚਿਆ, ਨਵਾਜ਼ ਸ਼ਰੀਫ ਨਹੀਂ ਸੋਚਿਆ, ਮੈਂ ਜ਼ਰਦਾਰੀ ਵੀ ਸੋਚਿਆ, ਨਾ ਹਾਂ ਆਇਆ ਤਾਂ ਵੀ ਸੋਚਣਾ, ਪਹਿਲੇ ਨਹੀਂ ਸੋਚਿਆ। ਤਾਂ ਆਪਕੋ ਲਗਤਾ ਹੈ ਕਿ ਚੰਦੇ ਸੇ ਡੈਮ ਬਣ ਜਾਏਗਾ? ਮੁਸ਼ਕਲ ਹੈ, 1400 ਰੁਪਏ ਚਾਹੀਏ। ਉਸਕੇ ਇਮਰਾਨ ਖਾਨ ਕੇ ਆਪਣੇ MNA ਨੇ ਕਹਾ ਹੈ, ਇਮਰਾਨ ਖਾਨ ਅਗਲੇ ਜਬ ਵੀ ਵਿਆਹ ਹਲਫ ਲੇਗਾ 2 ਅਰਬ ਰੁਪਏ ਅਗਲੇ ਦਿਨ ਲੈ ਆਏਗਾ, ਤਾਂ ਉਹ 2 ਅਰਬ ਆਏ ਨਹੀਂ ਅਭੀ, ਉਹ ਆਉਣਾ ਚਾਹੀਏ। ਅਗਰ ਉਹ ਆਪਣੀ ਆਵਾਮ ਸੇ ਮੰਗ ਰਿਹਾ ਹੈ ਆਵਾਮ ਪੇ ਹੀ ਲਗਾਉਣੇ ਕੇ ਲੀਏ, ਤਾਂ ਉਹ ਗਲਤ ਹੈ। ਤੋ ਖੁਦ ਉਹਨਾਂ ਨੇ ਕਿੰਨਾ ਦਿਆ ਜੇ ਬਤਾ ਦੇ। ਆਪ ਕਰ ਰਹੇ ਫੰਡਿੰਗ? ਨਹੀਂ, ਹਮ ਨਹੀਂ ਕਰ ਰਹੇ। ਕਿਉਂ? ਆਪਕੇ ਲੀਏ ਜ਼ਰੂਰੀ ਨਹੀਂ ਹੈ? ਕਿਉਂਕਿ ਹਮ ਪਹਿਲੇ ਬਿੱਲ ਮੇਂ ਦੇ ਰਹੇ ਹਾਂ, ਟੈਕਸ ਦੇ ਰਹੇ ਹਾਂ, ਤੋ ਫਿਰ ਉਹ ਹਮ ਟੈਕਸ ਦੇ ਦੁਬਾਰਾ। ਅੱਲਾ ਕਰਨਾ ਹੈ, ਸਿਰਫ ਵਸੀਲਾ ਹੈ। ਲੇਕਿਨ ਇਹ ਜੋ ਮੁਖਾਲਫੀਨ ਹੈ ਉਹ ਤਾਂ ਬੜੀ ਤਨਕੀਦ ਕਰ ਰਹੇ ਕਿ ਨਹੀਂ ਬਣੇਗਾ, ਚੰਦੇ ਪੇ ਲਗਾ ਰਹੇ ਆਵਾਮ ਕੋ। ਇਸ ਨੇ 15 ਸਾਲ ਮੇਂ ਨਹੀਂ ਬਣਾ ਦਿਆ ਕਾ, ਇਸ ਨੇ ਕਿਆ ਕੀਆ ਹੈ ਮੁਝੇ ਬਤਾਓ, ਕੋਈ ਕੰਮ ਮੁਝੇ ਬਤਾਓ ਇਸਕਾ। ਹਾਂਜੀ, ਇਨਸ਼ਾਅੱਲਾ ਬਣੇਗਾ ਡੈਮ ਜੀ, ਬਣੇਗਾ, ਹਮ ਬਣਾਏਗਾ ਡੈਮ। ਤੋ ਚੰਦੇ ਸੇ ਲਗਤਾ ਹੈ ਕਿ ਆਪਕੋ ਇਤਨਾ ਬਣ ਜਾਏਗਾ? ਬਣੇਗਾ ਜਨਾਬ, 1400 ਅਰਬ ਚਾਹੀਏ, ਬਣੇਗਾ। ਇਮਰਾਨ ਖਾਨ ਹੈ ਨਾ, ਕੁਛ ਵੀ ਹੋ ਸਕਦਾ ਇਨਸ਼ਾਅੱਲਾ ਜੀ। ਇਹ ਤਾਂ ਬਣਾਉਣੇ ਵਾਲੋਂ ਪਰ ਡਿਪੈਂਡ ਕਰਦਾ ਹੈ। ਪਹਿਲੇ ਵੀ ਤਾਂ ਉਹਨੇ ਇੱਕ ਪਾਰਟੀ ਆਈ ਸੀ, ਉਹਨਾਂ ਨੇ ਕਿਹਾ ਸੀ ਕਰਜ਼ ਉਤਾਰੋ ਮੁਲਕ ਸੰਵਾਰੋ। ਬਿਲਕੁਲ ਸਹੀ ਹੈ, ਨਵਾਜ਼ ਸ਼ਰੀਫ, ਨਵਾਜ਼ ਸ਼ਰੀਫ। ਤੋ ਉਹ ਪੈਸਾ ਕਹਾਂ ਗਿਆ? ਅੱਜ ਤੱਕ ਉਸਕਾ ਕੋਈ ਨਾਮੋ ਨਿਸ਼ਾਨ ਨਹੀਂ, ਲੋਕ ਉਹਨੇ ਲੱਖੋਂ ਡਾਲਰ ਬਾਹਰ ਸੇ ਭੇਜੇ ਹੈ। ਬਿਲਕੁਲ ਸਹੀ। ਤੋ ਉਹ ਕਹਾਂ ਗਏ ਪੈਸੇ? ਤੋ ਆਜ ਇਹਨਾਂ ਨੇ ਅਗਰ ਇਹ ਅਪੀਲ ਕਰ ਦੀ ਹੈ ਤੋ ਮਾਸ਼ਾਅੱਲਾ, ਮੁਝੇ ਤੋ ਐਸੇ ਲੱਗ ਰਿਹਾ ਹੈ ਜੈਸੇ ਉਮੀਦ, ਪੂਰੀ ਉਮੀਦ ਹੈ ਕਿ ਬਣੇਗਾ। ਪੂਰੀ 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 ਉਮੀਦ ਹੈ ਇਸ ਬਾਰ। ਨਹੀਂ, ਅੱਛਾ ਕਾਮ ਹੈ, ਡੈਮ ਬਣਨਾ ਚਾਹੀਏ, ਇਸ ਮੇਂ ਆਵਾਮ ਕੀ ਬਿਹਤਰੀ ਹੈ। ਸਹੀ ਹੈ, ਠੀਕ ਹੈ। ਇਸ ਮੇਂ ਯੇ ਨਹੀਂ ਹੈ ਕਿ ਹਮ ਇੱਕ ਜੋ ਆਪੋਜੀਸ਼ਨ ਔਰ ਓਪੋਜੀਸ਼ਨ ਕੋ ਹਮ ਲੈ ਕਰ ਬੈਠ ਜਾਏ। ਸਹੀ ਹੈ, ਇਸ ਮੇਂ ਆਵਾਮ ਕੀ ਬਿਹਤਰੀ ਹੈ। ਸਹੀ ਹੈ, ਸਹੀ ਹੈ। ਤੋ ਆਪਕੋ ਲਗਤਾ ਹੈ ਕਿ ਨਹੀਂ ਹੋਗਾ? ਨਹੀਂ, ਇਤਨੀ ਜਲਦੀ ਨਹੀਂ ਹੋਗਾ, ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਤੋ ਇਸ ਬਾਰੇ ਮੈਂ ਪੂਰੀ ਉਮੀਦ ਹੈ ਨਹੀਂ। ਹਾਂ, ਅੱਛਾ ਕੰਮ ਹੈ, ਬਿਹਤਰੀਨ। ਮੁਖਾਲਫੀਨ ਵੀ ਬੜੀ ਮੁਖਾਲਫ ਕਰ ਰਹੇ ਨੇ, ਕਰਨ ਦਿਓ ਬਸ, ਕਿ ਨਹੀਂ ਬਣਿਆ। ਐਨ ਜੀ ਹੁੰਦਾ ਜਿਹੜੀ ਵੀ ਹਕੂਮਤ ਹੈ, ਜਿਹੜੇ ਰਹਿ ਜਾਂਦੇ ਨੇ ਐਨ ਜੀ ਕਹਿੰਦੇ, ਐਨ ਜੀ ਕਹਿੰਦੇ ਨੇ। ਤੇ ਤੁਹਾਨੂੰ ਲੱਗਦਾ ਕਿ ਇੰਨਾ ਪੈਸਾ ਇਕੱਠਾ ਹੋ ਜਾਏਗਾ ਚੰਦੇ? ਇਨਸ਼ਾ ਅੱਲਾਹ ਤਾਲਾ ਹੋ ਜਾਏਗਾ। ਤੁਸੀਂ ਵੀ ਦੇ ਰਹੇ ਹੋ? ਇਨਸ਼ਾ ਅੱਲਾਹ ਦੇ ਰਹੇ। ਅੱਛਾ, ਫੈਸਲਾ ਉਨਕਾ, ਅੱਲਾਹ ਤਾਲਾ ਇਨਕੋ ਕਾਮਯਾਬ ਕਰੇ ਜੀ। ਜੋ ਕਹਤੇ ਨਾ ਭੀਖ ਮੰਗਣਾ, ਭੀਖ ਮੰਗਣਾ, ਇਹ ਭੀਖ ਨਹੀਂ ਹੈ, ਮੁਲਕ ਕੇ ਲੀਏ, ਮੁਲਕ ਕੇ ਲੀਏ ਹੈ ਸਾਰਾ ਕੁਛ। ਸਹੀ ਹੈ, ਹਾਂ, ਅੱਲਾਹ ਤਾਲਾ ਇਨਕੋ ਕਾਮਯਾਬ ਕਰੇ ਜੀ, ਹਮ ਲੋਕ ਇਨਕੇ ਸਾਥ ਹੈ ਇਨਸ਼ਾ ਅੱਲਾਹ। ਤੋ ਇਹ ਆਪਕੋ ਲਗਤਾ ਹੈ ਚੰਦਾ ਇਤਨਾ ਇਕੱਠਾ ਹੋ ਜਾਏਗਾ? ਇਨਸ਼ਾ ਅੱਲਾਹ ਹੋ ਜਾਏਗਾ ਜੀ, ਆਵਾਮ ਪੂਰੀ ਤਰ੍ਹਾਂ ਤਿਆਰ ਹੈ, ਆਵਾਮ ਕੋ ਕੋਈ ਨਹੀਂ ਹੈ ਇਨਸ਼ਾ ਅੱਲਾਹ, ਆਵਾਮ ਬਾਟ ਸ਼ਰ ਕੇ ਹਿੱਸਾ ਦੇ ਰਹੀ ਹੈ ਅੱਲਾਹ। ਮੁਖਾਲਫੀਨ ਵੀ ਬੜੀ ਬਾਤਾਂ ਕਰ ਰਹੇ ਹੈ ਕਿ ਨਹੀਂ ਬਣੇਗਾ? ਕੋਈ ਉਨਕੋ ਹੋਰ ਕੋਈ ਕੰਮ ਨਹੀਂ ਮਿਲਦਾ, ਤੋ ਇਹ ਕੰਮ ਕੋ ਸ਼ੁਰੂ ਕਰ ਰਹੀ ਹੈ। ਡੈਮ ਹਮਾਰੇ ਲਈ ਹੈ, ਆਪ ਪਾਕਿਸਤਾਨੀ ਆਵਾਮ ਕੇ ਲਈ ਹੈ, ਕਿਸੀ ਹੋਰ ਕੇ ਲਈ ਨਹੀਂ ਹੈ, ਕਿ ਇੰਡੀਆ ਕੇ ਲਈ ਨਹੀਂ ਹੈ, ਪਾਕਿਸਤਾਨ ਕੇ ਲਈ ਹੈ ਸਾਰੀ ਸਾਰਾ ਕੁਛ। ਸਹੀ ਹੈ, ਤੋ ਹਮ ਲੋਗੋਂ ਨੇ ਆਪਣਾ ਆਪਣਾ ਹੀ ਖੁਦ ਹੀ ਸਹੀ ਕਰਨਾ ਹੈ, ਕਿਸੀ ਹੋਰ ਨੇ ਤਾਂ ਨਹੀਂ ਕਰਨਾ। ਠੀਕ ਹੈ, ਇਨਸ਼ਾ ਅੱਲਾਹ ਤਾਲਾ ਡੈਮ ਬਣੇਗਾ ਔਰ ਜ਼ਰੂਰ ਬਣੇਗਾ ਇਨਸ਼ਾ ਅੱਲਾਹ। ਪੂਰੀ ਉਮੀਦ ਹੈ? ਹਾਂ, ਇਨਸ਼ਾ ਅੱਲਾਹ ਜੀ, ਪੂਰੀ ਉਮੀਦ ਹੈ ਇਨਸ਼ਾ ਅੱਲਾਹ। ਥੈਂਕ ਯੂ ਕਰ ਰਹੇ ਹਾਂ, ਬਹੁਤ ਚੰਦਾ ਮੰਗ ਰਹੇ ਆਵਾਮ ਸੇ, ਪੂਰੀ ਪਾਕਿਸਤਾਨ ਕੀ ਆਵਾਮ ਸੇ। ਆਪਣੇ ਲਈ ਕਰ ਰਹੇ ਹਾਂ, ਹਮਾਰੇ ਲਈ ਕਰ ਰਹੇ। ਸਹੀ ਹੈ, ਅੱਛਾ ਕਾਮ ਹੈ ਜੀ।